ਕਿਤੇ ਢੋਲ ਵੱਜਦਾ ਓਏ ਕਿਤੇ ਚਿਮਟਾ ਸਜਦਜ ਬਣ ਕਨ ਚਲੇ ਕਿਧਰ ਬਦਲੀ ਹੋਈ ਹੈ ਕੈਸੇ ਆਜ ਇਹ ਨਜ਼ਰ ਕੈਸੇ ਢੰਗ ਮੇ ਤੂੰ ਆ ਗਯਾ ਬੇਢੰਗੀ 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 ਓਏ ਫਿਰੰਗੀ ਓਏ ਫਿਰੰਗੀ ਤੂੰ ਹੁਆ ਫਿਰੰਗੀ ਓਏ ਫਿਰੰਗੀ ਮੈਨੂੰ ਡਰ ਲੱਗਦਾ ਏ ਰਾਤਾਂ ਮੇਰੇ ਨੈਣ ਸਿਸਕਦੇ ਵੈਸੇ ਇੰਟਰਵਿਊ ਦੀ ਸ਼ੁਰੂਆਤ ਅਸੀਂ ਅਮੂਮਨ ਕਰਦੇ ਹਾਂ ਜੋ ਆਇਆ ਹੋਇਆ ਉਹਨੂੰ ਜੀ ਆਇਆ ਕਹਿ ਕੇ ਵੈਲਕਮ ਕਹਿ ਕੇ, ਪਰ ਜਿਹੜੇ ਆਪਣੇ ਹੁਣ ਨਾ ਉਹਨਾਂ ਨਾਲ ਸ਼ਿਕਾਇਤ ਕੀਤੀ ਜਾਂਦੀ ਹੈ, ਉਹਨਾਂ ਨੂੰ ਕਿਹਾ ਜਾਂਦਾ ਬਾਬੇ ਉਹ ਕਿੱਥੇ ਰਹਿ ਗਏ ਸੀ? ਬਾਜੀ ਇੱਥੇ ਸੀਗੇ, ਆਹ ਪਿੱਛੇ ਸੀਗੇ, ਇੱਧਰਲੇ ਪਾਸੇ ਬੈਠੇ ਹੋਏ ਸੀਗੇ। ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਅੰਮ੍ਰਿਤਸਰ ਦੇ ਹੋ ਜੀ, ਮੇਰੇ ਆਪਣੇ ਸ਼ਹਿਰ ਦੇ ਹੋ, ਅਤੇ ਉੱਥੇ ਹੁਣ ਇੱਥੇ ਆਉਂਦੇ ਆਉਂਦੇ ਇੰਨਾ ਮਤਲਬ ਕਿਉਂ ਵਕਫਾ ਬੀਤ ਜਾਂਦਾ, ਇੰਨੀ ਮਸਰੂਫੀਅਤ ਹੋ ਗਈ ਇੱਥੇ, ਤਾਂ ਉਡੀਕ ਹੀ ਕਰਦੇ ਰਹਿ ਜਾਂਦੇ ਨੇ। ਉਹੀ ਹੈ ਭਾਅ ਜੀ, ਤੁਹਾਨੂੰ ਪਤਾ ਜ਼ਿੰਦਗੀ 'ਚ ਜਦੋਂ ਕੰਮ ਕਾਜ 'ਚ ਤੁਸੀਂ ਪੈ ਜਾਂਦੇ ਹੋ, ਐਸੀ ਗੱਲ ਨਹੀਂ, ਗੇੜੇ ਲੱਗਦੇ ਰਹਿੰਦੇ ਨੇ। ਹੁਣ ਆਹ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਹੈ, ਅਸੀਂ ਆਲਮੋਸਟ ਮੇਰੇ ਖਿਆਲ 70% ਫਿਲਮ ਇੱਥੇ ਰੋਪੜ 'ਚ ਸ਼ੂਟ ਕੀਤੀ ਹੈ, ਅਤੇ ਲੱਗਦੇ ਰਹਿੰਦੇ ਚੱਕਰ, ਹਾਂ ਕਦੀ ਮੁਲਾਕਾਤ ਨਹੀਂ ਹੋ ਪਾਉਂਦੀ, ਉਹ ਅਲੱਗ ਚੀਜ਼ ਹੈ, ਪਰ ਪੰਜਾਬ ਕਿੱਥੇ ਸਾਡੇ ਮਨ 'ਚ ਵਸਿਆ, ਇਹਦੇ ਕਿੱਥੇ ਨਿਕਲਣਾ ਥੋੜ੍ਹੀ ਹੈ। ਅਤੇ ਮੋਨਿਕਾ ਵੀ ਸਾਡੇ ਨਾਲ ਨੇ, ਅਤੇ ਮੋਨਿਕਾ ਇਸ ਫਿਲਮ ਦਾ ਹਿੱਸਾ ਵੀ ਨੇ। ਮੋਨਿਕਾ ਆਪਣੇ ਆਪ ਵਿੱਚ ਕਿੰਨੀ ਖੁਸ਼ੀ ਹੈ, ਅਤੇ ਪਲੱਸ ਹਾਸੀਆਂ ਖੇਡੀਆਂ ਤਾਂ ਬਹੁਤ ਹੋਈਆਂ ਹੋਣਗੀਆਂ। ਹਾਂਜੀ, ਜਦੋਂ ਤੁਸੀਂ ਕਪਲ ਨਾਲ ਕੰਮ ਕਰਦੇ ਹਾਸੀਆਂ ਖੇਡੀਆਂ ਤਾਂ ਹੁੰਦੀਆਂ ਹੀ ਆ। ਮੈਂ ਬਹੁਤ ਖੁਸ਼ ਹਾਂ ਜਦੋਂ ਇੱਕ ਗਰੋਥ ਦੀ ਓਪਰਚੁਨਿਟੀ ਮਿਲਦੀ ਆ, ਜਾਂ ਇੱਕ ਨੈਸ਼ਨਲ ਪਲੈਟਫਾਰਮ ਮਿਲਦਾ ਆ ਇੱਕ ਰੀਜਨਲ ਕਲਾਕਾਰ ਨੂੰ, ਤਾਂ ਬਹੁਤ ਵੱਡੀ ਗੱਲ ਹੁੰਦੀ ਹੈ, ਐਂਡ ਆਮ ਵੈਰੀ ਗ੍ਰੇਟਫੁਲ। ਰੀਜਨਲ ਕਲਾਕਾਰ ਕਿੰਦਾ? ਓਪਰਚੁਨਿਟੀ ਮਿਲਦੀ ਹੈ, ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ, ਐਂਡ ਆਈ ਫੀਲ ਵੈਰੀ ਫੋਰਚੁਨੇਟ। ਬਾਬਾ ਜੀ ਦੀ ਬਹੁਤ ਮਿਹਰ ਸੀਗੀ, ਐਂਡ ਬਸ ਹੁਣ ਇਹੀ ਉਮੀਦ ਹੈ ਕਿ ਸਾਡੀ ਫਿਲਮ ਆਡੀਅੰਸਿਸ ਨੂੰ ਪਸੰਦ ਆਵੇ। ਅਸੀਂ ਬਹੁਤ ਮਿਹਨਤ ਕੀਤੀ ਆ, ਐਕਸਪੈਸ਼ਲੀ ਕਪਿਲ ਇਨ ਆਰ ਡਾਇਰੈਕਟਰ, ਇਹਨਾਂ ਨੇ ਤਾਂ ਦੋ ਸਾਲ ਲਾਤੇ ਫਰੋਮ ਦ ਸਕ੍ਰਿਪਟਿੰਗ ਪ੍ਰੋਸੈਸ, ਸੋ ਆਈ ਰੀਲੀ ਰੀਲੀ ਹੋਪ ਇਹਨਾਂ ਦੀ ਮਿਹਨਤ ਰੰਗ ਲਾਵੇ ਅਤੇ ਤੁਹਾਨੂੰ ਪਸੰਦ ਆਵੇ। ਇਹ ਨਾ ਕਹਾਣੀ ਹੈ ਅੰਗਰੇਜ਼ੀ ਰਾਜ ਕੇ ਉਸ ਵਕਤ ਕੀ, ਜਬ ਸਭ ਲੋਕ ਉਨਕੇ ਖਿਲਾਫ ਇਕਜੁੱਟ ਹੋ ਰਹੇ ਥੇ, ਸਿਵਾਏ ਇੱਕ ਸ਼ਖਸ ਕੇ, ਕਿਉਂਕਿ ਉਸਕੋ ਲਗਤਾ ਥਾ ਕਿ ਅੰਗਰੇਜ਼ ਬੁਰੇ ਨਹੀਂ ਹੈ। ਉਸਕਾ ਨਾਮ ਥਾ ਮੰਗਾ। ਓਕੇ, ਘਰ ਕੇ ਕਿਸੇ ਸਿਆਣੇ ਆਦਮੀ ਕੋ ਬੁਲਾ ਲੋ। ਸਿਆਣਾ ਹੀ ਜੀ ਮੈਂ, ਉਹ ਤਾਂ ਉਸ ਦਿਨ ਐਸੇ ਬੱਚੋਂ ਕੇ ਸਾਥ ਥੋੜ੍ਹਾ। ਅਤੇ ਭਾਅ ਜੀ, ਤੁਸੀਂ ਅਮੂਮਨ ਤੁਹਾਡੇ ਸ਼ੋਅ 'ਚ ਜੋ ਵੀ ਆਉਂਦਾ ਸੀ ਉਹਨੂੰ ਕਹਿੰਦੇ ਸੀ ਕਿ ਕਿਵੇਂ ਦਾ ਲੱਗਦਾ ਸ਼ੋਅ 'ਚ ਆ ਕੇ, ਪਰ ਕਦੇ ਕਪਿਲ ਸ਼ਰਮਾ ਨੇ ਆਪ ਇਹ ਸੋਚਿਆ ਸੀ? ਕਿਉਂਕਿ ਜਦੋਂ ਤੁਹਾਡਾ ਨਾਮ ਆਉਂਦਾ ਮੈਨੂੰ ਕੇਵਲ ਸਾਹਿਬ ਵੀ ਯਾਦ ਆ ਜਾਂਦੇ ਨੇ, ਮੈਨੂੰ ਥੀਏਟਰ ਦਾ ਉਹ ਸਟੇਜ ਵੀ ਯਾਦ ਆਉਂਦਾ, ਮੈਨੂੰ ਯੂਥ ਫੈਸਟੀਵਲ 'ਤੇ ਮੇਰਾ ਪਹਿਲਾ ਸੱਦਾ, ਦੂਜਾ ਸੱਦਾ, ਤੀਜਾ, ਉਹ ਵੀ ਯਾਦ ਆਉਂਦਾ। ਮੈਂ ਤੁਸੀਂ ਜਦੋਂ ਮੈਂ ਕਾਲਜ 'ਚ ਕਰਦਾ ਸੀ ਉਦੋਂ ਤੁਸੀਂ APJ ਨੂੰ ਪਾਰਟੀਸਪੇਟ ਕਰਵਾਉਂਦੇ ਸੀ। ਅੱਛਾ ਅੱਛਾ, ਮੈਂ DAV ਵੱਲੋਂ ਕਰਦਾ ਸੀ। ਅਤੇ ਉਹ ਅੱਜ ਉਹ ਲੱਗਦਾ ਕਿ ਕਪਿਲ ਸ਼ਰਮਾ, ਦ ਕਪਿਲ ਸ਼ਰਮਾ, ਕਦੇ ਆਪ ਵੀ ਸੋਚਿਆ ਸੀ ਕਿ ਇਹ ਹੋਏਗਾ? ਪਤਾ ਨਹੀਂ ਉਹਨੇ ਦ ਕਿਉਂ ਲਾਇਆ ਅੱਗੇ, ਪਤਾ ਨਹੀਂ ਭਾਅ ਜੀ, ਇੱਦਾਂ ਹੀ ਆ, ਕੰਮ ਕਰਦੇ ਰਹੇ ਜਿਹੜਾ, ਉਦੋਂ ਵੀ ਇਹੀ ਕੁਛ ਕਰੀਦਾ ਸੀ। ਉਦੋਂ ਕਾਲਜ ਲੈਵਲ 'ਤੇ ਯੂਨੀਵਰਸਿਟੀ 'ਚ ਸ਼ੁਗਰ ਮਿਲ ਲਾਈਦੇ ਸੀਗੇ, ਪਰ ਮੈਂ ਬੜਾ ਮਿਸ ਕਰਦਾ ਭਾਅ ਜੀ। ਕਦੀ ਕਦੀ ਰਾਤ ਨੂੰ ਜਦੋਂ ਬੜਾ ਕਈ ਵਾਰੀ ਹੋ ਜਾਂਦਾ ਬੰਦੇ ਨੂੰ ਸਟ੍ਰੈਸ ਹੋ ਜਾਂਦਾ, ਅਤੇ ਫਿਰ ਰਾਤੀ ਸੌਣ ਲੱਗੀਦਾ, ਅਤੇ ਐਵੇਂ ਰੱਬ ਨੂੰ ਕਹਿ ਦੇਈਦਾ ਵੀ ਰੱਬਾ ਕਾਸ਼ ਉੱਠੀਏ ਸਵੇਰੇ, ਅਤੇ ਹੋਸਟਲ 'ਚ ਉੱਠੀਏ। ਜਦੋਂ ਇੱਕ ਕਮਰੇ 'ਚ 5 ਜਣੇ ਪਏ ਹੁੰਦੇ ਨਾ, 6 ਜਣੇ, ਉਹ ਬੜਾ ਵਧੀਆ, ਉਹ ਵੀ ਬੜਾ ਵਧੀਆ ਟਾਈਮ ਸੀਗਾ। ਉਹ ਹਰ ਸਾਰੇ ਟਾਈਮ ਵਧੀਆ ਹੁੰਦੇ ਨੇ, ਪਰ ਠੀਕ ਆ, ਵਧੀਆ ਸੀਗਾ ਉਹ ਵੀ। ਪਰ ਅੱਜ ਜਦ ਅੰਮ੍ਰਿਤਸਰ ਜਾਣਾ ਹੁੰਦਾ ਜਾਂ ਰਿਸ਼ਤੇਦਾਰ ਦੋਸਤ ਮਿਲਦੇ ਨੇ, ਉਹਨਾਂ ਦਾ ਰਵੱਈਆ ਬਦਲੇ ਜਾਂ ਤੁਹਾਡਾ ਬਦਲੇ, ਜਾਂ ਤੁਹਾਡਾ ਤੁਸੀਂ ਲੱਗਦਾ ਕਿ ਨਹੀਂ ਬਿਜ਼ੀ ਇੰਨੇ ਹੋ ਜਾਂਦੇ ਆ, ਪਰ ਉਹਨਾਂ ਨੂੰ ਲੱਗਦਾ ਕਿ ਹਾਂ ਯਾਰ ਇਹ ਟਾਈਮ ਨਹੀਂ ਦਿੰਦਾ ਉਹਨਾਂ? ਨਹੀਂ, ਇੱਦਾਂ ਦੀ ਗੱਲ ਨਹੀਂ, ਉਹ ਰਵੱਈਆ ਉਹੀ ਹੈ ਸਾਰਿਆਂ ਦਾ, ਜਿੱਦਾਂ ਦੇ ਪਹਿਲਾਂ ਸੀਗੇ ਉਹ ਵੀ ਉੱਦਾਂ ਦੇ ਹੀ ਨੇ, ਆਪਾਂ ਵੀ ਉੱਦਾਂ ਦੇ ਹੀ ਹਾਂ। ਪਰ ਹਾਂ, ਇਹ ਹੁੰਦਾ ਵੀ ਹੁਣ ਜ਼ਿੰਦਗੀ 'ਚ ਮਸਰੂਫੀਅਤ ਹੋਰ ਹੋ ਜਾਂਦੀ ਹੈ, ਫਿਰ ਮਿਲਣਾ ਜੁਲਣਾ ਥੋੜ੍ਹਾ ਘੱਟ ਹੋ ਜਾਂਦਾ, ਪਰ ਮੈਨੂੰ ਲੱਗਦਾ ਫਿਰ ਜਦੋਂ ਟਾਈਮ ਬਾਅਦ ਮਿਲੀਦਾ ਫਿਰ ਹੋਰ ਮਜ਼ਾ ਆਉਂਦਾ। ਸਾਰੇ ਆਪਣੇ ਆਪਣੇ ਕੰਮਾਂ ਕਾਰਨ ਬਿਜ਼ੀ ਨੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਹੈ ਵੀ ਬਦਲ ਕੇ, ਪਤਾ ਨਹੀਂ, ਇੱਦਾਂ ਦਾ ਕੁਛ ਨਹੀਂ, ਕਿਸੇ ਨੂੰ ਲੱਗਦਾ ਨਾ, ਮੈਨੂੰ ਲੱਗਾ ਕਦੀ, ਨਾ ਕਿਸੇ ਨੂੰ ਲੱਗਾ। ਪਰ ਤੁਸੀਂ ਦੋਸਤਾਂ ਦਾ ਜਿਹੜਾ ਸਾਥ ਹੈ ਉਹ ਕਦੇ ਨਹੀਂ ਛੱਡਿਆ, ਹਮੇਸ਼ਾ ਉਹਨਾਂ ਨੂੰ ਨਾਲ ਲੈ ਕੇ ਤੁਰੇ ਹੋ। ਜੇ ਇਸ ਫਿਲਮ ਦੀ ਗੱਲ ਕਰੀਏ ਤਾਂ ਰਾਜੀਵ ਭਾਅ ਜੀ ਖਾਲਸਾ ਕਾਲਜ ਦੇ ਟਾਈਮ ਤੋਂ ਤੁਹਾਡੇ ਨਾਲ ਜੁੜੇ ਹੋਏ ਨੇ, ਅਤੇ ਜੀ ਮੇਰੇ ਨਾਲ ਸਕੂਲ ਟਾਈਮ ਤੋਂ, ਅਸੀਂ ਸਕੂਲ ਪੜ੍ਹਦੇ ਹੁੰਦੇ ਸੀ ਇਕੱਠੇ, ਖਾਲਸਾ ਕਾਲਜ ਉਹ ਬਾਅਦ 'ਚ ਉਹਨੇ ਐਡਮਿਸ਼ਨ ਲਈ ਸੀਗੀ ਜਦੋਂ ਫੇਲ ਹੋ ਗਿਆ ਸੀਗਾ।
ਉਸ ਤੋਂ ਬਾਅਦ 'ਚ ਉਹਨੇ ਐਡਮਿਸ਼ਨ ਲਈ ਉੱਥੇ ਪਰ ਸਕੂਲ ਟਾਈਮ ਤੋਂ ਅਸੀਂ ਇਕੱਠੇ ਹਾਂ, ਫਿਰ ਅਸੀਂ ਇਕੱਠਿਆਂ ਨੇ ਥੀਏਟਰ ਥੂਟਰ ਵੀ ਕੀਤਾ, ਫਿਰ ਅਸੀਂ ਜਾਂਦੇ ਏ ਪੀ ਜੇ ਜਦੋਂ ਪੜ੍ਹਦੇ ਸੀਗੇ ਇਕੱਠਿਆਂ ਨੇ, ਇਹ ਐਚ ਐਮ ਬੀ ਕਾਲਜ ਅਸੀਂ ਕਰਵਾਉਂਦੇ ਰਹੇ ਹਾਂ ਡਰਾਮਾ ਸਕਿੱਟ ਇਹ ਉਹ, ਤੋ ਪੁਰਾਣੀ ਕਾਫੀ ਚਾਈਲਡਹੁੱਡ ਫਰੈਂਡਸ਼ਿਪ ਹੈ ਸਾਡੀ। ਉਹ ਫਰੈਂਡਸ਼ਿਪ ਜਿਹੜੀ ਆ ਉਹ ਇਸ ਫਿਲਮ ਦੇ ਵਿੱਚ ਬਤੌਰ ਡਾਇਰੈਕਸ਼ਨ ਉਹ ਦੇ ਰਹੇ ਨੇ ਕਿ ਹਾਂ ਕਿ ਦੋਸਤਾਨਾ ਮਾਹੌਲ ਦੇ ਵਿੱਚ ਫਿਲਮ ਜਿਹੜੀ ਉਹ ਬਣ ਗਈ। ਦੋਸਤਾਨਾ ਮਾਹੌਲ 'ਚ ਬਣੀ ਐਕਚੁਅਲੀ ਭਾਅ ਜੀ, ਸੈੱਟ 'ਤੇ ਸਾਰਿਆਂ ਨੇ ਬੜਾ ਇੰਜੋਏ ਕੀਤਾ ਆਪਾਂ, ਕਿਉਂਕਿ ਮੋਨਿਕਾ ਨੂੰ ਪਤਾ ਕਿੱਦਾਂ ਹਾਮ ਹੀ ਪੜ੍ਹਨਾ ਹੁੰਦਾ ਸੀਗਾ। ਹਾਂ ਪੂਰਾ, ਕਿਉਂਕਿ ਉਹ ਮਾਹੌਲ ਇੱਦਾਂ ਦਾ ਸੀਗਾ ਕਿ ਉਹ ਵੀ ਦੋਸਤ ਆ, ਫੈਮਿਲੀ ਇਨਵਾਇਰਮੈਂਟ, ਇਹਨਾਂ ਦੀ ਫੈਮਿਲੀ ਆਉਂਦੀ ਹੁੰਦੀ ਸੀਗੀ, ਮੇਰੇ ਮੰਮੀ ਡੈਡੀ ਵੀ ਆਏ ਹੋਏ ਸੀਗੇ, ਰਾਜੀਵਜ਼ ਵਾਈਫ and child were there as well, so sare ral mil ke rahe, idda lagya nahi. I think what did, how long do we shoot for, 6 months 7 months? Apan nu 83 days apan shoot hi kita sirf film da, ha te alag alag locations te Rajasthan vi gaye ha, ha te inne time ch sare bahut changi tarah kul mil jande aa, je nahi ta fir you know maza nahi aunda, so it was I think one of the best shooting experiences of my life. ਲੋਕਾਂ ਨੂੰ ਨਾ ਜਲਦੀ ਖਤਮ ਹੋ ਜਾਏ, ਸਾਨੂੰ ਸੀਗਾ ਯਾਰ ਹੋਰ ਚੱਲਦੀ ਰਹੇ ਥੋੜ੍ਹੀ ਦੇਰ, ਕਿ ਉਹ ਹੁੰਦਾ ਨਾ ਇੱਕ ਆਦਤ ਪੈ ਜਾਂਦੀ ਇੱਕ ਦੂਜੇ ਦੀ ਰੋਜ਼ ਉੱਠ ਕੇ। ਬਤੌਰ ਐਕਟਰ ਤਾਂ ਤੁਸੀਂ ਸੋਚਿਆ ਹੈ ਕਿ ਚੱਲਦੀ ਰਹੇ, ਬਤੌਰ ਪ੍ਰੋਡਿਊਸਰ ਵੀ ਸੋਚਿਆ ਸੀ ਕਿ ਚੱਲਦੀ ਰਹੇ? ਹਾਂ ਮੈਂ ਯਾਰ ਇੰਨਾ, ਮੈਨੂੰ ਨਾ ਉਹ ਹੈ ਵੀ ਨਹੀਂ ਉਹ ਉੱਦਾਂ ਦਾ ਦਿਮਾਗ, ਪ੍ਰੋਡਿਊਸਰ ਵਾਲੀ ਸੋਚ ਇੰਨੀ ਆ, ਉਹ ਤਦੇ ਤਾਂ ਜ਼ਿਆਦਾ ਖਰਚਾ ਕਰਤਾ। ਕਿੰਨਾ ਉਹ ਖਰਚਾ ਹੋ ਗਿਆ? ਵਾਹ ਹੀ ਹੋ ਗਿਆ, ਮਤਲਬ ਮੇਰੇ ਕੋਲ ਇਸ ਟਾਈਮ ਇੰਨੀ ਪੈਸੇ ਖਤਮ ਹੋ ਗਏ। ਅਤੇ ਕਿੰਨੀ ਉਮੀਦ ਤੁਸੀਂ ਪਾਲ ਕੇ ਬੈਠੇ ਹੋ ਕਿ ਹਾਂ ਇੰਨੇ ਜਿਹੜੇ ਉਹ ਆ ਜਾਣਗੇ ਵਾਪਸ? ਫਿਲਮ ਪਸੰਦ ਆਵੇ ਬਸ ਲੋਕਾਂ ਨੂੰ, ਲੋਕ ਮਜ਼ਾ ਕਰਕੇ ਆਉਣ, ਕਿਉਂਕਿ ਮੈਨੂੰ ਇਹ ਲੱਗਦਾ ਅਸੀਂ ਜਿਹੜੇ ਘਰਾਂ ਪਰਿਵਾਰ 'ਚੋਂ ਆਏ ਹਾਂ, ਸਾਨੂੰ ਲੱਗਦਾ ਵੀ ਕਿਸੇ ਕੋਈ ਅਗਰ 100 ਰੁਪਇਆ ਦੇ ਕੇ ਸਾਡੀ ਫਿਲਮ ਵੇਖੇ ਨਾ, ਤਾਂ ਯਾਰ ਕਿਸੇ ਦੀ ਮਿਹਨਤ ਦੀ ਕਮਾਈ ਹੈ, ਉਹ ਇਹ ਨਾ ਸੋਚੇ ਵੀ ਆਹ ਕੀ ਬਣਾਇਆ, ਵੀ ਖੁਸ਼ ਹੋ ਗਏ ਨਿਕਲੇ ਬਸ ਅਗਲਾ। ਜ਼ਿੰਦਗੀ ਕੀ ਹਰ ਦੌੜ ਮੈਂ ਅਵਲ, ਪਰਿਵਾਰ ਕਾ ਸਭਸੇ ਲਾਇਕ ਲਾਡਲਾ, ਕਾਮ ਦਾਮ ਕੁਛ ਕਰਨਾ ਨਹੀਂ, ਸਾਰਾ ਦਿਨ ਚਰਤੇ ਰਹਿਣਾ ਬਸ। ਹਾਥੋਂ ਕਾ ਤੋ ਪਤਾ ਨਹੀਂ, ਪਰ ਉਸਕੇ ਪੈਰੋਂ ਮੇਂ ਜਾਦੂ ਥਾ। ਨਹੀਂ ਪੈਸੇ ਨਹੀਂ ਲੈ ਸਕਤੇ ਜੀ, ਦਾਦੀ ਕਹਤੀ ਇਸ ਸੇ ਸ਼ਫਾ ਚਲੀ ਜਾਤੀ ਹੈ। ਕਿਆ ਤੁਮ ਨੌਕਰੀ ਕਰੋਗੇ? ਬੰਦੂਕ ਮਿਲੇਗੀ ਜੀ ਤੋ ਡੰਡਾ ਵਗੈਰਾ। ਇੱਕ ਪਾਸੇ ਤੁਸੀਂ ਜੇ ਅਸੀਂ ਟ੍ਰੇਲਰ ਦੇ ਵਿੱਚ ਜਾਂ ਪੋਸਟਰ ਦੇ ਵਿੱਚ ਵੇਖੀਏ, ਇੱਕ ਪਾਸੇ ਫਿਰੰਗੀਆਂ ਨੂੰ ਲੱਤ ਮਾਰ ਰਹੇ ਹੋ ਅਤੇ ਦੂਜੇ ਪਾਸੇ ਕਹਿ ਰਹੇ ਹੋ ਚੰਗੇ ਬੜੇ ਨੇ ਜੀ। ਇਹ ਭਾਅ ਜੀ ਤੁਸੀਂ ਜਦੋਂ ਪੂਰੀ ਫਿਲਮ ਦੇਖੋਗੇ ਫਿਰ ਤੁਹਾਨੂੰ ਉਹਦਾ ਪਤਾ ਲੱਗੂਗਾ, ਲੱਤ ਜਿਹੜੀ ਮਾਰਦਾ ਉਹਨੂੰ ਗੋਡ ਗਿਫਟ ਆ, ਚੁੱਕ ਕੱਢ ਦਿੰਦਾ ਉਹ ਕਿਸੇ ਨੂੰ ਪਈ ਹੋਵੇ। ਪੁੱਠੇ ਜੰਮੇ ਨਿਆਣੇ ਹੁੰਦੇ ਨਾ ਵੀ ਸਾਡੇ, ਕਹਿੰਦੇ ਸਾਡਾ ਨਿਆਣਾ ਪੁੱਠਾ ਜੰਮਿਆ, ਇਹਨੂੰ ਰੱਬ ਦੀ ਮਿਹਰ ਆ, ਇਹ ਲੱਤ ਮਾਰੂਗਾ ਅਤੇ ਚੁੱਕ ਕੱਢ ਦੂਗਾ, ਸੋ ਉਹ ਉੱਦਾਂ ਦਾ ਐਲੀਮੈਂਟ ਹੈਗਾ। ਪਰ ਪੂਰੀ ਫਿਲਮ ਦੇਖੋਗੇ ਤੁਹਾਨੂੰ ਫਿਰ ਉਦੋਂ ਪਤਾ ਲੱਗੂਗਾ ਕੀ ਕਰਦਾ। ਆਪਣੀ ਹੀ ਦੁਨੀਆ ਕਾ ਰਾਜਕੁਮਾਰ ਥਾ ਵੋ, ਔਰ ਇੱਕ ਦਿਨ ਉਸੇ ਆਪਣੀ ਰਾਜਕੁਮਾਰੀ ਵੀ ਮਿਲ ਗਈ। ਰਾਜਕੁਮਾਰੀ ਕੌਣ? ਸਰਗੀ, ਤੁਸੀਂ ਕਹਾਣੀ ਸੁਣੀ ਹੈ? ਚੁੱਪ ਚਾਪ ਸੁਣ। ਜੇ ਜ਼ਿੰਦਗੀ ਦੇ ਵਿੱਚ ਮੌਕਾ ਮਿਲੇ ਕਿ ਹਾਂ ਇਹ ਚੀਜ਼ ਨੂੰ ਲੱਤ ਮਾਰ ਕੇ ਬਾਹਰ ਕੱਢਣਾ ਹੁਣ ਤੱਕ ਦੇ ਵਿੱਚ, ਉਹ ਕਿਹੜੇ ਕਿਹੜੇ ਮੂਮੈਂਟਸ ਹੋਣਗੀਆਂ, ਉਹ ਕਿਹੜੀ ਚੀਜ਼ ਹੋਵੇਗੀ? ਆਪਣੀ ਜ਼ਿੰਦਗੀ ਦੇ ਵਿੱਚੋਂ ਕਿ ਵੈਸੇ ਹੀ? ਆਪਣੀ ਜ਼ਿੰਦਗੀ ਦੇ ਵਿੱਚੋਂ ਜਾਂ ਕਿਸੇ ਦੀ ਜ਼ਿੰਦਗੀ ਦੇ ਵਿੱਚੋਂ? ਵੈਸੇ ਯਾਰ ਕਦੀ ਕਈ ਚੀਜ਼ਾਂ ਹੁੰਦੀਆਂ ਨੇ ਸੋਸਾਇਟੀ 'ਚ ਚੰਗੀਆਂ ਮਾੜੀਆਂ ਹਰ ਜਗ੍ਹਾ ਹੀ ਨੇ, ਪਰ ਜਿੰਨੀਆਂ ਵੀ ਮਾੜੀਆਂ ਚੀਜ਼ਾਂ ਨੇ ਸਾਰੀਆਂ ਨੈਗੇਟਿਵਿਟੀ ਜਿੰਨੀਆਂ ਵੀ ਨੇ, ਚਾਹੇ ਉਹ ਕਿੰਨੀਆਂ ਵੀ ਬੁਰਾਈਆਂ ਕਹਿ ਲਓ ਜਿਹੜੀਆਂ ਅਸੀਂ ਪੜ੍ਹਦੇ ਹਾਂ ਰੋਜ਼ ਅੱਜ ਕੱਲ੍ਹ, ਮੈਂ ਲੰਬੀ ਗੱਲਾਂ ਹੋ ਜਾਂਦੀਆਂ ਯਾਰ, ਫਿਰ ਅੱਜ ਕੱਲ੍ਹ ਫੇਸਬੁੱਕ ਖੋਲ੍ਹੀਏ ਨਾ ਅਤੇ ਮਾਰ ਕੁਟਾਈ ਦੇ ਵੀਡੀਓ ਇੰਨੇ ਚੱਲਦੇ ਆ। ਕੱਲ੍ਹ ਵੀ ਮੈਂ ਕਿਤੇ ਵੇਖਣ ਡਿਆ ਸੀ ਮਾਲ 'ਚ ਕੋਈ ਤਾਂ ਲੜਾਈਆਂ ਹੋ ਗਈਆਂ ਝਗੜੇ, ਇਹ ਚੀਜ਼ਾਂ ਇਹਨਾਂ ਨੂੰ ਵੇਖ ਕੇ ਨਾ ਬੜਾ ਮਨ ਉਦਾਸ ਜਿਹਾ ਹੋ ਜਾਂਦਾ ਕਦੇ ਕਦੇ ਕਿ ਇਹ ਕਿਉਂ ਹੁੰਦਾ, ਕੰਮ ਕਰੋ ਆਪਣਾ, ਕਿਹੜੇ ਵਿਹਲੇ ਕੰਮਾਂ 'ਚ ਪਏ ਜੇ। ਅਤੇ ਜਦ ਲੋਕ ਕਹਿੰਦੇ ਨੇ ਕਿ ਕਪਿਲ ਭਾਅ ਜੀ ਲੜਦੇ ਨੇ, ਅਤੇ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਟੈਕਲ ਕਰਦੇ? ਕਿਸੇ ਨੇ ਵੇਖਿਆ ਹੀ ਨਹੀਂ ਅੱਜ ਤੱਕ, ਸਭ ਨੇ ਆਪਣੇ ਹਿਸਾਬ ਨਾਲ ਹੀ ਛਾਪਿਆ ਵਾ, ਕਿਸੇ ਨੇ ਵੇਖੀ ਹੋਵੇ ਤਾਂ ਕੋਈ ਸਾਹਮਣੇ ਆ ਕੇ ਦੱਸੇ, ਐਵੇਂ ਵਧਾ ਚੜਾ ਕੇ ਦੱਸ ਦਿੰਦੇ ਆ, ਕਿਉਂਕਿ ਜਦੋਂ ਤੁਹਾਨੂੰ ਬਹੁਤ ਪਿਆਰ ਮਿਲਦਾ ਨਾ ਲੋਕਾਂ ਦਾ, ਅਤੇ ਫਿਰ ਜਦੋਂ ਕੋਈ ਇੱਦਾਂ ਦੀ ਗੱਲ ਆਉਂਦੀ ਤਾਂ ਉਹਦਾ ਰਿਐਕਸ਼ਨ ਵੀ ਉੱਡਾ ਹੀ ਵੱਡਾ ਹੁੰਦਾ, ਸੋ ਪਤਾ ਨਹੀਂ ਛਾਪ ਦਿੰਦੇ ਲੋਕ ਕੀ ਕਰੀਏ ਹੁਣ। ਅਤੇ ਇਸ ਫਿਲਮ ਦੇ ਦੌਰਾਨ ਕਿਉਂਕਿ ਪੁਰਾਣਾ ਪੰਜਾਬ ਜਿਹੜਾ ਉਹ ਵਿਖਾਇਆ ਗਿਆ, ਪੁਰਾਣਾ ਪੰਜਾਬ ਪੰਜਾਬੀਆਂ ਨੇ ਤਾਂ ਕੁਝ ਫਿਲਮਾਂ 'ਚ ਵੇਖਿਆ ਵੀ ਹੈ, ਇੱਕ ਸਿਲਸਿਲਾ ਹੀ ਇੱਥੇ ਚੱਲ ਰਿਹਾ, ਅਤੇ ਉਹ ਪੁਰਾਣੇ ਪੰਜਾਬ ਦੀਆਂ ਕਿਹੜੀਆਂ ਅਜਿਹੀਆਂ ਤੁਹਾਨੂੰ ਲੱਗਦਾ ਕਿ ਗੱਲਾਂ ਨੇ ਜਿਹੜੀ ਅੱਜ ਉਹਦੀ ਬਹੁਤ ਲੋੜ ਜਿਹੜੀ ਮਹਿਸੂਸ ਹੁੰਦੀ? ਹੁਣ ਜੇ ਗੱਲ ਕਰੀਏ ਤਾਂ ਜਿੱਦਾਂ ਹੁਣ ਮੈਂ ਅਸੀਂ ਸੁਣੀਦੀਆਂ ਹੀ ਆਪਣੇ ਦਾਦੇ ਪੜਦਾਦਿਆਂ ਕੋਲ ਗੱਲਾਂ ਜਿਹੜੀਆਂ, ਵੀ ਪੁਰਾਣੇ ਟਾਈਮ 'ਚ ਲੋਕਾਂ ਕੋਲ ਆਹ ਜਿਹੜੇ ਵਟਸਐਪ ਨਹੀਂ ਆਏ ਹੁੰਦੇ ਉਦੋਂ, ਅਤੇ ਲੋਕ ਬਹਿ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਨੇ, ਕਿਤੇ ਵਿਆਹ ਵੀ ਹੋਣੇ ਅਤੇ ਮਹੀਨਾ ਮਹੀਨਾ ਚੱਲਣੇ, ਅਤੇ ਲੋਕ ਇੰਜੋਏ ਜ਼ਿਆਦਾ ਕਰਦੇ ਸੀ। ਹੁਣ ਧੌਣਾ ਟਿੱਡੀਆਂ ਹੋ ਗਈਆਂ, ਥੱਲੇ ਨੂੰ ਮੂੰਹ ਹੋ ਗਏ ਨੇ ਸਾਰਿਆਂ ਦੇ, ਕਮਰੇ 10 ਲੋਕ ਬੈਠੇ ਅਤੇ ਸਾਰੇ ਲੱਗੇ ਆਪਾਂ ਆਪਣਾ, ਉਹ ਵੇਖ ਲਓ ਕੀ ਹੋਣ ਡਿਆ, ਵੀ ਲੱਗੀ ਸਾਰੇ ਫੋਨਾਂ 'ਤੇ ਲੱਗੇ ਨੇ। ਇਹ ਉਹਦੇ ਵਿੱਚ ਮਤਲਬ ਉਦੋਂ ਮਾਹੌਲ ਇਹ ਚੰਗਾ ਸੀਗਾ, ਠੀਕ ਹੈ ਹੁਣ ਵੀ ਬੜੀਆਂ ਨਵੀਆਂ ਚੀਜ਼ਾਂ ਆਈਆਂ, ਨਵੀਂ ਟੈਕਨੋਲੋਜੀ ਤਰੱਕੀ ਕਰਦੇ ਜਿੱਦਾਂ ਜਿੱਦਾਂ ਸਮਾਜ, ਪਰ ਉਹ ਚੀਜ਼ਾਂ ਦਾ ਵੀ ਮਜ਼ਾ ਸੀਗਾ। ਸਾਨੂੰ ਆਪਣਾ ਬਚਪਨ ਯਾਦ ਹੈ ਜਦੋਂ ਅਸੀਂ ਪਿੰਡ ਜਾਈਦਾ ਸੀ ਮੰਮੀ ਦੇ ਪਿੰਡ, ਅਤੇ ਬੜਾ ਚਾਅ ਉੱਥੇ ਬੱਕਰੀਆਂ ਹੋਣੀਆਂ, ਮੱਝਾਂ ਦੇ ਦੁੱਧ ਪੀਣੇ, ਖੇਡਣਾ, ਮਤਲਬ ਉਹ ਚੀਜ਼ਾਂ ਨਹੀਂ ਹੈਗੀਆਂ ਹੁਣ। ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਈਆਂ ਨੇ, ਮੈਂ ਬੜਾ ਮੱਝ 'ਤੇ ਬਹਿ ਕੇ ਜਾਣ ਰਿਹਾ ਘੁਮਾਉਣ, ਖਵਾਉਣ, ਚਾਰਾ ਚੂਰਾ ਖਵਾਉਣ, ਤੱਕ ਮੱਝ ਦੇ ਉੱਤੇ ਬਹਿ ਗਏ। ਜਿਹੜਾ ਇਹਨਾਂ ਨੇ ਪਿੰਡ ਬਣਾਇਆ ਸੀ ਨਾ, ਉਹ 'ਤੇ ਉਹ ਬੱਕਰੀਆਂ ਹੁੰਦੀਆਂ ਸੀਗੀਆਂ, ਬੱਕਰੀਆਂ
ਤੇ ਬਾਅਦ ਚੋਂ ਅਸੀਂ ਜਦੋਂ ਮੋਨੀਟਰ 'ਤੇ ਜਾ ਕੇ ਦੇਖਿਆ ਨਾ ਤਾਂ ਪਿੱਛੇ ਦੋ ਬੱਕਰੀਆਂ ਨੇ ਵੀ ਸਿੰਘ ਫਸਾਏ ਹੋਏ ਤਾਂ ਕੁਦਰਤੀ ਇੱਦਾਂ ਹੁੰਦਾ ਕਦੀ ਕਦੀ ਅਸੀਂ ਕੀ ਦੇਖਿਆ ਔਰ ਜਿੱਦਾਂ ਹੀ ਸਾਡੀ ਲੜਾਈ ਘੱਟ ਬੰਦ ਹੁੰਦੀ ਹੈ ਵੇਖਿਆ ਤਾਂ ਪਿੱਛੇ ਬੱਕਰੀਆਂ ਵੀ ਚੁੱਪ ਕਰਕੇ ਖਲੋਤੀਆਂ ਅਤੇ ਮੈਨੂੰ ਬੜਾ ਮੈਂ ਕਿਹਾ ਯਾਰ ਮਤਲਬ ਹੁੰਦਾ ਕਦੀ ਕਦੀ ਰੱਬ ਕਰ ਜਾਣ ਤੋਂ ਪਹਿਲੇ ਚਾਹਾਂਗੇ ਜੇ ਵੈਸੇ ਉਹ ਗੀਤ ਜਿਹੜਾ ਉਹ ਸਾਡੇ ਲੋਕ ਗੀਤਾਂ ਦਾ ਹਿੱਸਾ ਸੁਣ ਸੁਣੇ ਦੇ ਆ ਕੰਗੜਾਂ ਵਿੱਚ ਸੌਦਾ ਇੱਕੋ ਜਿਹਾ ਜੇ ਉਹ ਤੁਹਾਡੀ ਆਵਾਜ਼ ਵਿੱਚ ਸੁਣ ਲਈਏ ਯਾਰ ਮੈਂ ਹੁਣ ਮੇਰੀ ਆਵਾਜ਼ ਵੈਸੇ ਐਡੀ ਭਾਰੀ ਹੋਈ ਪਈ ਨਾ ਤੁਸੀਂ ਵੈਸੇ ਤੁਹਾਡੀ ਬੇਸ ਵਾਲੀ ਆਵਾਜ਼ ਰੱਖਦੇ ਹੋ ਉਸ ਤੇ ਸੁਣਾ ਬੇਸ ਵਾਲੀ ਆਵਾਜ਼ ਨਹੀਂ ਹੈਗੀ ਮੇਰੀ ਪਰ ਹੁਣ ਵੈਸੇ ਨੀਂਦ ਨਹੀਂ ਪੂਰੀ ਹੋਈ ਉਹਦੇ ਕਰਕੇ ਭਾਰੀ ਜਿਹੀ ਹੋਈ ਪਈ ਮਜ਼ਾ ਵੀ ਹੁੰਦਾ ਕਦੀ ਕਦੀ ਇੱਦਾਂ ਰਾਜਾ ਮੁਰਾਦ ਸਾਹਿਬ ਵਰਗੀ ਆਵਾਜ਼ ਹੋ ਗਈ ਸੁਣਾ ਦਿਓ ਵੇ ਸੁਣੇ ਦਿਆ ਕੰਗਣਾ ਵੇ ਸੌਦਾ ਇੱਕੋ ਜਿਹਾ ਦਿਲ ਦੇਣਾ ਤੇ ਦਿਲ ਮੰਗਣਾ ਵੇ ਸੌਦਾ ਇੱਕੋ ਜਿਹਾ ਵਕਤ ਆ ਗਿਆ ਹੀਰੇ ਜੈਸੇ ਕੋ ਤੈਸਾ ਦਿਖਾਣੇ ਕਾ ਹੱਥੀ ਖਾਤਰ ਲੜ ਜਾ ਤੂੰ ਆਪਣੀ ਜ਼ਿੱਦ ਪੇ ਅੜ ਜਾ ਤੂੰ ਹੱਥੀ ਖਾਤਰ ਲੜ ਜਾ ਤੂੰ ਆਪਣੀ ਜ਼ਿੱਦ ਪੇ ਅੜ ਜਾ ਤੂੰ